ये साइकिल में 6-7 साइकिल तोड़ते। हाँ जी भाई, मम्मी पूरी खुश है। आके कोई 4 दिन के बच्चे 2-3 इंटरव्यू हो गई। अज एक इंटरव्यू हो रहा है, आके थोड़ा दिखाने सारे इंडस्ट्री इंटरव्यू दे। ਗੱਡੀਆਂ ਤੇ ਮੋਟਰਸਾਈਕਲ ਦੇ ਸਟੰਟ ਕਰਦੇ ਤਾਂ ਤੁਸੀਂ ਅਕਸਰ ਵੇਖੇ ਹੋਣੇ ਨੇ, ਪਰ ਅੱਜ ਦੋ ਨੌਜਵਾਨਾਂ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਜੋ ਪਿਛਲੇ 6 ਸਾਲ ਤੋਂ ਲਗਾਤਾਰ ਸਾਈਕਲਾਂ ਤੇ ਸਟੰਟ ਕਰਦੇ ਨੇ। ਅਕਸਰ ਗਾਣਿਆਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਸਟੰਟ ਸਾਈਕਲਾਂ ਦੇ ਉੱਪਰ ਹੁੰਦੇ ਨੇ। ਅੱਜ ਤੁਹਾਨੂੰ ਅਸੀਂ ਫਲੇੜਾ ਪਿੰਡ ਵਿਖੇ ਪਹੁੰਚੇ ਹਾਂ, ਜਿੱਥੇ ਕਿ ਦੋ ਨੌਜਵਾਨ ਪ੍ਰੀਤ ਸਟੰਟਮੈਨ ਤੇ ਸੁਖ ਭੰਗੂ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ, ਜੋ ਕਿ ਲੰਬੇ 6 ਸਾਲ ਤੋਂ ਕਹਿ ਸਕਦੇ ਵੀ ਸਾਈਕਲਾਂ ਦੇ ਉੱਪਰ ਸਟੰਟ ਕਰ ਰਹੇ ਨੇ। ਤਸਵੀਰਾਂ ਦੇਖ ਸਕਦੇ ਹੋ, ਇਹ ਉਹ ਸਾਈਕਲ ਨੇ ਜਿਨ੍ਹਾਂ ਦੇ ਉੱਪਰ ਇਹ ਨੌਜਵਾਨ ਸਟੰਟ ਕਰਦੇ ਨੇ। ਅਤੇ ਅਕਸਰ ਹੁੰਦਾ ਹੈ ਕਿ ਮੋਟਰਸਾਈਕਲ ਗੱਡੀਆਂ ਦੇ ਹੀ ਸਟੰਟ ਆਪਾਂ ਦੇਖਦੇ ਹਾਂ, ਪਰ ਅੱਜ ਤੁਹਾਨੂੰ ਪਹਿਲੀ ਵਾਰ ਸਾਈਕਲਾਂ ਦੇ ਸਟੰਟ ਦਿਖਾਏ ਨੇ। ਤੁਸੀਂ ਤਸਵੀਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਨਾਲ ਨੌਜਵਾਨ ਨੇ ਜਿਹੜੇ ਸਾਈਕਲਾਂ ਦੇ ਉੱਪਰ ਸਟੰਟ ਕਰਦੇ ਨੇ। ਉਸ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਟੰਟਾਂ ਦੀ ਕਹਿੰਦੇ ਵਿੱਚ ਇੱਕ ਚਸਕਾ ਕਿੱਥੋਂ ਪਿਆ। ਅਤੇ ਬਾਕੀ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਪਰ ਨੌਜਵਾਨ ਖੂਬ ਸੁਰਖੀਆਂ ਬਟੋਰ ਰਹੇ ਨੇ। ਇਹ ਤਸਵੀਰਾਂ ਨੇ ਉਹਨਾਂ ਨੌਜਵਾਨਾਂ ਦੀਆਂ, ਦੋ ਨੌਜਵਾਨ ਨੇ ਜਿਹੜੇ ਕਹਿ ਦਈਏ ਵੀ ਛੋਟੀ ਉਮਰ ਹੈ, ਸਟੰਟ ਕਰ ਰਹੇ ਨੇ। 6 ਸਾਲ ਤੋਂ ਲਗਾਤਾਰ ਇਹ ਨੌਜਵਾਨ ਸਟੰਟ ਕਰ ਰਹੇ ਨੇ। ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ, ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ? ਭਰੀ ਸਟੰਟਮੈਨ। ਵੀਰ ਜੀ, ਕਦੋਂ ਤੋਂ ਤੁਸੀਂ ਇਹ ਸ਼ੁਰੂ ਕੀਤਾ? ਅਤੇ ਗੱਲ ਕਰ ਲਈਏ, ਘਰਦਿਆਂ ਵੱਲੋਂ ਕਿਹਾ ਜਿਹਾ ਰਿਸਪੋਂਸ ਸੀ? ਫਿਰ ਸਾਈਕਲ ਕਿੱਥੋਂ ਲਿਆਉਂਦੇ, ਕਿਉਂਕਿ ਛੋਟੀ ਉਮਰ 'ਚ ਤਾਂ ਸਾਈਕਲ ਮਿਲਦਾ ਨਹੀਂ ਹੈਗਾ। ਹਾਂਜੀ ਹਾਂਜੀ ਭਾਈ, ਭਾਈ ਮੈਨੂੰ ਸਟੰਟ ਕਰਦੇ ਨੂੰ 6 ਸਾਲ ਹੋ ਗਏ। ਅੱਜ ਤੋਂ ਮੈਂ 6 ਸਾਲ ਪਹਿਲਾਂ ਸਕੂਲ 'ਚ ਪੜ੍ਹਦਾ ਸੀਗਾ। ਉੱਥੇ ਵੀਰੇ ਮੈਂ ਸਾਈਕਲ 'ਤੇ ਜਾਂਦਾ ਸੀਗਾ, ਸਾਈਕਲ 'ਤੇ ਜਾਂਦਾ ਜਾਂਦਾ ਮਤਲਬ ਫਰੈਂਡ ਸੀਗੇ ਨਾਲ, ਉਹ ਜਾਂਦੇ ਜਾਂਦੇ ਪਹਿਲਾਂ ਮੇਰੇ ਕੋਲ ਦੂਜਾ ਸੈਂਪਲ ਸੀ ਸਿੰਪਲ, ਉਦੋਂ ਬਾਅਦ ਮੈਂ ਉਹ ਸਾਈਕਲ 'ਤੇ ਸਟਾਰਟ ਕੀਤੇ ਸਟੰਟ। ਉਦੋਂ ਬਾਅਦ ਵੀਰੇ ਫਿਰ ਮੈਂ ਆਪਾਂ ਨੇ ਥੋੜ੍ਹਾ ਜਿਹਾ ਮਤਲਬ ਸਟੰਟ ਕਰਨ ਲੱਗ ਗਏ, ਫਿਰ ਆਪਾਂ ਨੇ ਆਹ ਸਾਈਕਲਾਂ ਲਿਆਂਦੀਆਂ। ਕਿੱਦਾਂ ਲੱਗਿਆ ਵੀ, ਜਾਣੀ ਕਿ ਇੱਕ ਅਕਸਰ ਹੁੰਦੀ ਹੈ ਕਿ ਬੰਦਾ ਛੋਟੀ ਉਮਰ 'ਚ ਘਰ ਦੇ ਵੀ ਰਿਸਪੋਂਸ ਨਹੀਂ ਕਰਦੇ, ਉਸ ਘਰਦਿਆਂ ਦਾ ਰਿਸਪੋਂਸ ਹੈਗਾ? ਹਾਂਜੀ ਹਾਂਜੀ ਭਾਅ ਜੀ, ਪਹਿਲਾਂ ਤਾਂ ਘਰਦਿਆਂ ਤੋਂ ਗਾਲਾਂ ਪਈਆਂ, ਕਿਉਂਕਿ ਸੱਟਾਂ ਖਾਂਦੇ ਸੀ ਉਹ ਟਾਈਮ 'ਚ, ਥੋੜ੍ਹੇ ਸੱਟਾਂ ਖਾਂਦੇ। ਫਿਰ ਉਦੋਂ ਬਾਅਦ ਪਤਾ ਲੱਗ ਗਿਆ, ਥੋੜ੍ਹੇ ਸਟੰਟ ਮਤਲਬ ਵਾਇਰਲ ਹੋਣ ਲੱਗ ਗਏ, ਵਾਇਰਲ ਹੋ ਗਏ, ਥੋੜ੍ਹਾ ਮੋਟਾ ਵੀ ਪੈਸਾ ਵੀ ਕਮਾਇਆ ਗਿਆ। ਉਦੋਂ ਬਾਅਦ ਵੀਰੇ ਘਰ ਵੱਲੋਂ ਪੂਰੀ ਸਪੋਰਟ ਹੋ ਗਈ, ਉਦੋਂ ਬਾਅਦ ਸਾਈਕਲਾਂ ਲਿਆਂਦੀਆਂ ਵੀਰੇ, ਬਸ ਹੁਣ ਸਟੰਟ ਪੂਰੇ ਮਤਲਬ ਦੂਮ ਚਾਰ ਖਿਆ। ਜਦੋਂ ਸਾਈਕਲ ਲਿਆਈ ਸੀ ਉਦੋਂ ਜਿੱਦ ਕਰੀ ਸੀ ਘਰਦਿਆਂ ਨੂੰ ਵੀ ਯਾਰ ਮੈਂ ਸਾਈਕਲ ਲੈ ਕੇ ਆਉਣੀ ਹੈ, ਵੀ ਦਬਾਓ ਮੈਨੂੰ ਸਾਈਕਲ, ਮੈਂ ਇਹ ਕੰਮ ਸ਼ੁਰੂ ਕਰਤਾ? ਹਾਂਜੀ ਹਾਂਜੀ ਭਾਈ, ਪਹਿਲੀ ਵਾਰ ਮਤਲਬ ਦੂਜੇ ਸਾਈਕਲ ਦੀ ਸਿੰਪਲ ਉਹ 'ਤੇ ਸਟੰਟ ਕਰੇ, ਅਤੇ ਉਹਦੇ ਸਿੰਪਲ ਸਟੰਟ ਹੀ ਹੁੰਦੇ ਸੀਗੇ, ਬਸ ਮੂਹਰੋਂ ਖੜਾ ਕਰਕੇ। ਉਦੋਂ ਬਾਅਦ ਥੋੜ੍ਹੇ ਮੈਂ ਮਤਲਬ ਵੀਡੀਓ ਦੇਖਣ ਲੱਗ ਗਏ, ਵੀਡੀਓ ਦੇਖਣ ਦੇ ਦੇਖਦੇ ਦੇਖਦੇ ਮਨ 'ਚ ਖਿਆਲ ਹੋਇਆ ਵੀ ਆਪਾਂ ਵੀ ਇਹੀ ਸਾਈਕਲ ਲਿਆਈਏ, ਇਹੀ ਸਾਈਕਲ ਲਿਆ ਕੇ ਮਤਲਬ ਉਦੋਂ ਬਾਅਦ ਫਿਰ ਆਪਾਂ ਨੇ ਥੋੜ੍ਹਾ ਜਿਹਾ ਘਰੇ ਜਿੱਦ ਕੀਤੀ, ਥੋੜ੍ਹੇ ਟਾਈਮ 'ਚ ਬਸ ਬਸ ਘਰੋਂ ਥੋੜ੍ਹੀ ਮਤਲਬ ਸਪੋਰਟ ਆ ਗਈ। ਆਪਾਂ ਇੱਕ ਵਾਰ ਕਹਿੰਦੇ ਵੀ ਚੀਜ਼ ਚਾਹੀਦੀ ਹੈ ਤਾਂ ਘਰੋਂ ਆਪਾਂ ਮਤਲਬ ਦਵਾ ਦਿੰਦੇ ਉਹਦੀ, ਆਪਾਂ ਨੇ ਉਸ ਟਾਈਮ ਵੀ ਆਪਾਂ ਨੂੰ ਸਾਈਕਲ ਦਵਾਤੀ ਸੀ, ਆਪਾਂ ਉਦੋਂ ਬਾਅਦ ਸਟੰਟ ਸਟਾਰਟ ਕਰਤੇ ਸੀ। ਹਾਂਜੀ ਭਾਈ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਟੰਟ ਕਰਦਿਆਂ ਨੂੰ? ਕਿੱਦਾਂ ਦਾ ਹੁਣ ਲੱਗ ਰਿਹਾ, ਕਿੰਨੀ ਕੁ ਇੰਪਰੂਵਮੈਂਟ ਆ ਰਹੀ ਹੈ ਤੁਹਾਡੇ ਵਿੱਚ? ਜਦੋਂ ਸ਼ੁਰੂ ਕੀਤੀ ਸੀ ਉਦੋਂ ਕਿੰਨੀ ਕੁ ਇੰਪਰੂਵਮੈਂਟ? ਭਾਜੀ ਪਹਿਲਾਂ ਮਤਲਬ ਸਿੰਪਲ ਸਾਈਕਲ 'ਤੇ ਕਰਦਾ ਸੀਗਾ, ਉਦੋਂ ਬਾਅਦ ਮੈਂ ਮਤਲਬ ਜਦੋਂ ਆਹ ਸਾਈਕਲ ਤੋਂ ਮੈਂ ਲੱਗਦਾ 2018 'ਚ ਲਿਆਂਦੀ ਇਹ ਸਾਈਕਲ ਮੈਂ, ਉਦੋਂ ਬਾਅਦ ਇਹ ਸਾਈਕਲ 'ਤੇ ਸਟਾਰਟ ਕਰਤੀ ਸੀ ਸਟੰਟ। ਉਦੋਂ ਬਾਅਦ ਭਾਜੀ ਪਹਿਲਾਂ ਟਿਕਟੋਕ ਚੱਲਦਾ ਸੀਗਾ, ਟਿਕਟੋਕ ਵੇਲੇ ਮੈਂ ਮਤਲਬ ਉਹ 'ਤੇ ਆਪਣੇ 1 ਮਿਲੀਅਨ ਫੋਲੋਅਰ ਹੋ ਗਏ ਸੀਗੇ। ਉਦੋਂ ਬਾਅਦ ਵੀਡੀਓ ਵਾਇਰਲ ਹੋਈਆਂ ਗਈਆਂ, ਮਤਲਬ ਉਦੋਂ ਬਾਅਦ ਰਿਸਪੋਂਸ ਵਧੀਆ ਮਿਲੀ ਗਿਆ, ਫਿਰ ਦੁਬਾਰੇ ਨਵੇਂ ਨਵੇਂ ਸਟੰਟ ਮਤਲਬ ਰਿਸਰਚ ਕਰੀ ਗਏ, ਉਦੋਂ ਬਾਅਦ ਹੁਣ ਨਵੇਂ ਨਵੇਂ ਸਟੰਟ ਪਾ ਰਹੇ ਹਾਂ ਵੀਰੇ। ਭਾਜੀ ਗੱਲ ਕਰ ਲਈਏ, ਅਕਸਰ ਸੋਸ਼ਲ ਮੀਡੀਆ ਦੇ ਉੱਪਰ ਵੀ ਖੂਬ ਸੁਰਖੀਆਂ ਬਟੋਰ ਰਹੇ ਹੋ ਤੁਸੀਂ, ਪਿੰਡ ਦੇ ਲੋਕਾਂ ਦਾ ਕਿੱਦਾਂ ਦਾ ਰਿਸਪੋਂਸ ਹੈ ਜਦੋਂ ਪਿੰਡ ਦੇ ਵਿੱਚ ਸਟੰਟ ਕਰਦੇ ਹੋ, ਕੀ ਲੋਕਾਂ ਦਾ ਰਿਸਪੋਂਸ ਹੈ ਤੁਹਾਡੇ ਬਾਰੇ? ਹਾਂਜੀ ਭਾਜੀ, ਪਹਿਲਾਂ ਮੈਂ ਪਿੰਡ ਦੇ ਵਿੱਚ ਸਟੰਟ ਕਰਦਾ ਸੀਗਾ, ਮਤਲਬ ਜਦੋਂ ਸਟੰਟ ਕਰਦੇ ਸੀ ਉਹ ਟਾਈਮ ਪਿੰਡ ਵਾਲੇ ਕਹਿੰਦੇ ਸੀਗੇ ਪਤਾ ਨਹੀਂ ਕੀ ਕੰਜਰਖਾਨਾ ਕਰੀ ਜਾਂਦਾ ਗਾ, ਪਰ ਉਦੋਂ ਬਾਅਦ ਹੁਣ ਥੋੜ੍ਹਾ ਜਿਹਾ ਹੋ ਗਿਆ, ਹੁਣ ਮਾੜਾ ਜਿਹਾ ਪਿੰਡ ਦੇ ਫਿਰਨੀ 'ਤੇ ਜਾ ਕੇ ਬਾਹਰ ਸਾਈਡ ਕਰ ਦਿਆਂਗੇ ਸਟੰਟ, ਕਿਉਂਕਿ ਪਿੰਡ 'ਚ ਤਾਂ ਥੋੜ੍ਹਾ ਜਿਹਾ ਪਿੰਡ 'ਚ ਲੱਗਦੇ ਹੈਗੇ, ਤਾਂ ਕਰਕੇ ਆਪਾਂ ਸਟੰਟ ਬਾਹਰ ਕਰ ਦਿਆਂਗੇ। ਪਹਿਲਾਂ ਦੂਜਾ ਸਾਈਕਲ ਸੀ ਵੀਰੇ, ਮਤਲਬ ਉਹ ਸਾਈਕਲ ਮੈਂ ਗਰਾਊਂਡ 'ਚ ਕਰਦਾ ਸੀ ਸਟੰਟ, ਉਹ ਟਾਈਮ ਮਤਲਬ ਉਹਦੇ ਸਾਈਕਲ ਦੇ ਸਟੈਂਡ ਸੀਗਾ, ਉਹ ਸਟੈਂਡ ਜਿਹੜਾ ਉਹ ਮਿੱਟੀ ਪੱਟ ਦਿੰਦਾ ਸੀ ਗਰਾਊਂਡ ਦੇ ਵਿੱਚੋਂ, ਮੈਨੂੰ ਕੱਢ ਵੀ ਦਿੰਦੇ ਸੀਗੇ। ਉਦੋਂ ਬਾਅਦ ਫਿਰ ਮੈਂ ਸਾਈਕਲ ਲੈ ਕੇ ਤਾਂ ਕਰਕੇ ਆਪਾਂ ਹੁਣ ਉਦੋਂ ਬਾਅਦ ਹੋਰ ਲੋਕੇਸ਼ਨ ਲੱਭਣ ਲਈ ਦੀ ਗਈ ਸਕੂਲ 'ਚ, ਅਤੇ ਮਤਲਬ ਪਿੰਡ ਦੀ ਫਿਰਨੀ 'ਤੇ ਕਰਦੀ ਹੈ ਸਟੰਟ। ਕਿੰਨੇ ਕੁ ਦਾ ਇਹ ਸਾਈਕਲ ਹੈ ਜਿਹੜਾ ਤੁਸੀਂ ਲੈ ਕੇ ਆਏ ਹੋ, ਕਿੰਨਾ ਕੁ ਅਤੇ ਬਜਟ ਲੱਗ ਗਿਆ ਤੁਹਾਡਾ ਇਸ ਨੂੰ ਲੈਣ ਲਈ? ਭਾਅ ਜੀ, ਇਹਦੀ ਮਾਰਕੀਟ ਕੀਮਤ ਮਤਲਬ 16 ਤੋਂ 18 ਹਜ਼ਾਰ ਦੇ ਵਿੱਚ ਆ ਗਈ। ਮੈਂ ਮਤਲਬ 16 ਹਜ਼ਾਰ ਦਾ ਲਿਆਂਦਾ ਸੀ ਭਾਅ ਜੀ ਉਹ ਟਾਈਮ 'ਚ, ਉਦੋਂ ਬਾਅਦ ਥੋੜ੍ਹੀ ਮੋਟੀ ਮੋਡੀਫਿਕੇਸ਼ਨ ਕਰਕੇ 'ਚ ਬਸ ਆਪਾਂ ਨੂੰ ਮਤਲਬ 20 ਤੱਕ ਹੀ ਪੈ ਗਿਆ ਸੀਗਾ।
ਕਿੰਨੇ ਕੁ ਸਾਈਕਲ ਹੁਣ ਤੱਕ ਤੋੜ ਚੁੱਕੇ ਹੋ? 6 ਸਾਲ ਦੇ ਤੁਸੀਂ ਕਹਿ ਰਹੇ ਹੋ, 6 ਸਾਲ ਤੋਂ ਮੈਂ ਸਟੰਟ ਕਰ ਰਿਹਾ, ਕਿੰਨੇ ਕੁ ਸਾਈਕਲ ਤੋੜ ਚੁੱਕੇ? ਭਾਜੀ ਮੈਂ 6-7 ਸਾਈਕਲ ਤੋੜਤੇ, ਮੈਨੂੰ ਜਿੱਥੇ ਤੱਕ ਯਾਦ ਹੈਗਾ। ਬਾਕੀ 3-4 ਸਾਈਕਲ ਤਾਂ ਆਪਾਂ ਦੂਜੇ ਹੁੰਦੇ ਜਿਹੜੇ ਹੀਰੋ ਦੇ ਜੱਟ ਗੋਲਡ, ਉਹ ਸਾਈਕਲ ਤੋੜਤੇ, ਬਾਕੀ ਇੱਕ ਆ ਤੀਆਂ, ਬਾਕੀ ਛੋਟੇ ਹੁੰਦੇ ਤਾਂ ਮੈਨੂੰ ਮਤਲਬ ਊਂ ਤਾਂ 13-14 ਸਾਈਕਲ ਦਬਾਤੇ ਘਰੋਂ, ਮੈਨੂੰ ਘਰ ਦੇ ਗਿਣਦੇ ਹੈਗੇ ਵੀ 13-14 ਸਾਈਕਲ ਜਿਹੜੀਆਂ ਮਤਲਬ ਮੈਂ ਤੋੜਤੇ ਹਾਂ, ਅਤੇ ਮੈਂ 6-7 ਤੋੜਤੀਆਂ ਸਾਈਕਲ ਭਾਜੀ। ਪਹਿਲੀ ਵਾਰ ਜਦੋਂ ਜੋਰਡਨ ਸਿੱਧੂ ਦੇ ਗਾਣੇ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਫੋਨ ਕਾਲ ਆਈ, ਕਿੱਦਾਂ ਲੱਗਿਆ ਵੀ ਯਾਰ ਪਹਿਲੀ ਵਾਰ ਗਾਣੇ ਦੇ ਵਿੱਚ ਸਟੰਟ ਕਰਨ ਲਈ ਆ ਰਹੇ ਹਾਂ? ਭਾਜੀ ਉਹ ਟਾਈਮ ਤਾਂ ਬਾਹਲੀ ਖੁਸ਼ੀ ਹੋਈ ਸੀਗੀ, ਬੈੱਡ 'ਤੇ ਪਏ ਸੀਗੇ, ਰੋਟੀ ਵੀ ਨਹੀਂ ਖਾਧੀ ਸੀ ਉਹ ਟਾਈਮ 'ਤੇ ਜਦੋਂ ਆਪਾਂ ਨੂੰ ਮਤਲਬ ਕਾਲ ਆਈ ਸੀ ਉਹਨਾਂ ਦੀ, ਕਹਿੰਦੇ ਐਂ ਕਰਕੇ ਵੀ ਜੋਰਡਨ ਸਿੱਧੂ ਭਾਜੀ ਦਾ ਗਾਣੇ 'ਚ ਸਟੰਟ ਕਰਨੇ ਹੈਗੇ। ਉਦੋਂ ਬਾਅਦ ਮਤਲਬ ਖੁਸ਼ ਹੋ ਗਈ ਸੀ ਭਾਜੀ, ਆਪਾਂ ਨੇ ਪਹਿਲਾਂ ਪਹਿਲੀ ਸ਼ੇਅਰ ਕਰਤਾ ਸੀਗਾ ਵੀ ਆਪਾਂ ਨੂੰ ਸੌਂਗ 'ਚ ਪਹਿਲੀ ਵਾਰ ਕੰਮ ਮਿਲ ਰਿਹਾ ਹੈਗਾ। ਉਦੋਂ ਪਹਿਲਾਂ ਵੀ ਭਾਜੀ ਮੈਂ ਸੌਂਗ 'ਚ ਕੰਮ ਕੀਤਾ ਸੀਗਾ, ਪਰ ਉਹ ਆਪਣੇ ਦੂਜੇ ਫਰੈਂਡ ਸੀਗੇ, ਹੁਣ ਉਦੋਂ ਬਾਅਦ ਮਤਲਬ ਪ੍ਰੋਫੈਸ਼ਨਲ ਸਿੰਗਰ ਦੇ ਸ਼ੌਂਕ 'ਚ ਮਿਲਿਆ ਸੀਗਾ। ਉਦੋਂ ਬਾਅਦ ਉਦੋਂ ਖੁਸ਼ੀ ਹੋਈ ਭਾਜੀ। ਹੁਣ ਕੀ ਲੱਗਦਾ, ਹੁਣ ਕੋਈ ਗਾਣਾ ਆਇਆ ਨਵਾਂ ਮਿਲਿਆ ਜਿਹਦੇ ਵਿੱਚ ਸਟੰਟ ਕਰਨ ਦਾ ਮੌਕਾ ਮਿਲਿਆ? ਹਾਂਜੀ ਭਾਜੀ, ਆਹ ਹੁਣ ਰੀਸੈਂਟਲੀ ਕੀਤਾ ਕਿ ਆਪਾਂ ਜਸਕਰਨ ਗਰੇਵਾਲ ਨਾਲ, ਉਹਦੇ ਉਹ ਭਾਜੀ ਦੇ ਗਾਣੇ ਵਿੱਚ ਕੀਤੇ ਹੈਗੇ ਆਪਾਂ ਸਟੰਟ, 4-5 ਗਾਣਾ ਵੀ ਆ ਰਿਹਾ ਭਾਜੀ 12 ਮਾਰਚ ਤੱਕ। ਕਿੱਦਾਂ ਲੱਗਦਾ ਹੁਣ, ਕਿੱਦਾਂ ਕੁ ਲੋਕਾਂ ਨੂੰ ਘਰਦਿਆਂ ਨੂੰ ਰਿਸਪੌਂਸ ਮਿਲਦਾ, ਕਿੰਨੀ ਖੁਸ਼ੀ ਹੁੰਦੀ ਹੈ ਘਰਦਿਆਂ ਨੂੰ ਵੀ ਜਦੋਂ ਹਾਂ ਬੱਚਾ ਸਾਡਾ ਗਾਣੇ ਦੇ ਵਿੱਚ ਆ ਰਿਹਾ? ਏਮ ਕੀ ਹੈ ਤੁਹਾਡਾ ਅੱਗੇ, ਕਿੱਥੇ ਕੁ ਤੱਕ ਤੁਸੀਂ ਜਾਣਾ? ਭਾਜੀ ਹੁਣ ਫੀਲਿੰਗ ਵੱਖਰੀ ਆਉਂਦੀ ਹੈਗੀ ਕਿ ਗਾਣਿਆਂ ਦੇ ਵਿੱਚ ਵੀ ਆ ਗਏ, ਜੋੜਨ ਸੰਧੂ ਭਾਜੀ ਨਾਲ ਵੀ ਆ ਗਏ, 2-3 ਸਿੰਗਰਾਂ ਹੋਰ ਆ ਗਏ ਭਾਜੀ, ਹੁਣ ਫੀਲਿੰਗ ਮਤਲਬ ਵੱਖਰੀ ਹੁੰਦੀ ਹੈਗੀ। ਪਿੰਡ 'ਚ ਵੀ ਕਹਿ ਦਿੰਦੇ ਆ, ਕਹਿੰਦੇ ਵੀ ਜਦੋਂ ਆਪਾਂ ਬਾਹਰ ਜਾਂਦੇ ਭਾਜੀ ਕਿੰਨੇ ਸੌਂਗ 'ਚ ਆ ਗਏ, ਆਪਾਂ ਕਹਿ ਦਿੰਦੇ ਭਾਜੀ 6-7 ਸੌਂਗ 'ਚ ਆ ਗਏ ਹੁਣ ਤੱਕ। ਕਿੱਦਾਂ ਲੱਗ ਰਿਹਾ ਹੁਣ ਵੀ ਘਾ ਸੱਟਾਂ ਖਾ ਕੇ ਆਉਂਦੇ ਸੀ ਅਕਸਰ, ਘਰ ਦੇ ਗਾਲਾਂ ਕੱਢਦੇ ਸੀ, ਕਿੰਨੇ ਕੁ ਵਾਰ ਸੱਟ ਖਾਧੀ ਹੈ ਸਟੰਟ ਕਰਦੇ ਹੁਣ? ਭਾਜੀ ਮਤਲਬ ਜਦੋਂ ਆਪਾਂ ਸਟੰਟ ਕਰਦੇ ਹਾਂ ਸਟੰਟ ਟਾਈਮ ਤਾਂ ਆਪਣੇ ਕੁਛ ਇੰਜਰੀ ਨਹੀਂ ਲੱਗੀਆਂ ਗੀ, ਕੋਈ ਵੱਡੀ ਸੱਟ ਨਹੀਂ ਲੱਗੀ ਮਤਲਬ। ਹਾਂਜੀ ਭਾਈ, ਟਾਇਰ ਟੂਰ ਕਿੱਦਾਂ ਸਿਸਟਮ ਹੁੰਦਾ ਸਾਰਾ, ਜਿਵੇਂ ਟਾਇਰ ਕੱਢ ਲੈਂਦੇ ਹੋ ਕਿ ਉਹ 'ਚ ਡਰ ਨਹੀਂ ਲੱਗਦਾ ਹੈਗਾ ਵੀ ਜਦੋਂ ਟਾਇਰ ਨਿਕਲਦਾ ਹੈ ਸਟੰਟ ਕਰਦੇ ਵੀ ਸਾਈਕਲ ਡਿੱਗ ਜੂਗਾ? ਭਾਜੀ ਘਰੋਂ ਤਾਂ ਮਤਲਬ ਫੀਲਿੰਗ ਹੁੰਦੀ ਹੈ ਵੀ ਅੱਜ ਉਹ ਸਟੰਟ ਕਰਾਂਗੇ, ਮਤਲਬ ਵੀ ਅੱਜ ਟਾਇਰ ਕੱਢ ਗਿਆ ਸਟੰਟ ਕੁਛ ਵੱਖਰਾ ਕਰਾਂਗੇ, ਜਦੋਂ ਇੱਥੇ ਗਰਾਊਂਡ 'ਚ ਆਉਂਦੇ ਭਾਜੀ ਇੱਥੋਂ ਪਤਾ ਹੁੰਦਾ ਹੈਗਾ ਜਦੋਂ ਸਟੰਟ ਟਾਈਮ ਕਰਦੇ ਹਾਂ ਸਟੰਟ, ਟਾਇਰ ਨਿਕਲ ਜਾਂਦਾ, ਉਦੋਂ ਬਾਅਦ ਸੱਟ ਵੀ ਲੱਗਦੀ ਹੈਗੀ, ਪਰ ਇੰਨੀ ਕੋਈ ਖਾਸ ਨਹੀਂ ਕਿਉਂਕਿ ਸਾਨੂੰ ਹੁਣ ਤੱਕ ਪਤਾ ਲੱਗ ਰਿਹਾ ਹੈਗਾ ਭਾਜੀ ਕਿੱਦਾਂ ਮਤਲਬ ਸਟੰਟ ਕਰਨਾ ਹੈਗਾ ਇਹ। ਹਾਂਜੀ ਭਾਈ, ਗੱਲ ਕਰੀਏ ਅਕਸਰ ਵਿਦੇਸ਼ਾਂ ਦੇ ਵਿੱਚ ਸਾਈਕਲ ਦੇ ਵਿੱਚ ਸਟੰਟ ਕਰਦੇ ਨੇ, ਆਪਣੇ ਤਾਂ ਐਕਚੁਅਲੀ ਦੇਖਦੇ ਆ ਟਰੈਕਟਰਾਂ ਜਾਂ ਗੱਡੀਆਂ ਨਾਲ ਸਟੰਟ ਕਰਦੇ, ਤੁਹਾਡੇ ਦਿਮਾਗ ਦੇ ਵਿੱਚ ਕਿੱਦਾਂ ਆਈਡੀਆ ਹੈ ਵੀ ਆਪਾਂ ਯਾਰ ਸਾਈਕਲਾਂ ਦੇ ਵਿੱਚ ਉੱਪਰ ਸਟੰਟ ਕਰੀਏ? ਅਕਸਰ ਬਾਹਰਲੇ ਦੇਸ਼ਾਂ ਦੇ ਵਿੱਚ ਦੇਖਦੇ ਆ ਵੀ ਉੱਥੇ ਸਟੰਟ ਹੁੰਦੇ ਨੇ ਸਾਈਕਲਾਂ 'ਚ, ਤੁਹਾਡੇ ਦਿਮਾਗ 'ਚ ਕਿੱਦਾਂ ਆਈਡੀਆ? ਹਾਂਜੀ ਭਾਜੀ, ਪਹਿਲਾਂ ਤਾਂ 2012-13 ਤੱਕ ਤੋਂ ਤਾਂ ਫੋਨ ਹੁੰਦੇ ਨਹੀਂ ਸੀ ਭਾਜੀ, ਉਹ ਟਾਈਮ 'ਚ ਬਸ ਮੈਂ ਸਾਈਕਲ ਹੀ ਹੁੰਦਾ ਸੀ ਸਿੰਪਲ, ਮੈਂ ਥੋੜ੍ਹਾ ਥੋੜ੍ਹਾ ਮੈਨੂੰ ਮਤਲਬ ਫਰੈਂਡ ਸੀਗੇ ਜਦੋਂ ਮੈਂ ਰਾਹ 'ਚ ਜਾਂਦੀ ਸੀਗੀ ਭਾਜੀ, ਉਹ ਇੱਟ ਵਗੈਰਾ ਰੱਖ ਦਿੰਦੇ ਸੀ, ਇੱਟ ਵਗੈਰਾ ਤੋਂ ਆਪਾਂ ਸਟੰਟ ਚੱਕਦੇ, ਥੋੜ੍ਹਾ ਮੋਟਾ ਚੱਕਿਆ ਜਾਂਦਾ ਸੀਗਾ, ਉਦੋਂ ਬਾਅਦ ਥੋੜ੍ਹੀ ਜਿਹੀ ਫੀਲਿੰਗ ਆਉਣ ਲੱਗ ਗਈ ਵੀ ਕੁਛ ਥੋੜ੍ਹਾ ਜਿਹਾ ਹੋਰ ਕਰ ਦਈਏ, ਉਹ ਸਾਈਕਲ ਮਾੜੀ ਦੂਰ ਤੱਕ ਹੋਰ ਜਾਣ ਲੱਗ ਗਿਆ। ਉਦੋਂ ਬਾਅਦ ਭਾਜੀ ਫਿਰ ਫੋਨ ਫਾਨ ਲੈ ਲਏ ਆਪਾਂ ਨੇ ਸਮਾਰਟਫੋਨ, ਉਦੋਂ ਵੀਡੀਓ ਵਾਡੀਓ ਦੇਖੀਆਂ ਬਾਹਰਲੇ ਮੁੰਡਿਆਂ ਦੀਆਂ, ਉਦੋਂ ਬਾਅਦ ਫਿਰ ਫੈਟ ਬਾਈਕ ਵਗੈਰਾ ਆਪਾਂ ਬੰਦ ਕਰ ਲੈ ਵੀਡੀਓ ਨੂੰ ਕਰੀ ਯਾਰ ਨਾ ਨਾ ਬਲੌਗ ਪਾਉਣਾ ਹਲੇੜਾ ਪਿੰਡ ਵਿਖੇ ਪਹੁੰਚਿਆ ਜਿੱਥੇ ਕਿ ਦੋ ਨੌਜਵਾਨ ਪ੍ਰੀਤ ਸਟੰਟਮੈਨ ਤੇ ਸੁਖ ਭੰਗੂ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ, ਜੋ ਕਿ ਲੰਬੇ 6 ਸਾਲ ਤੋਂ ਕਹਿ ਸਕਦੇ ਵੀ ਸਾਈਕਲਾਂ ਦੇ ਉੱਪਰ ਸਟੰਟ ਕਰ ਰਹੇ ਨੇ। ਤਸਵੀਰਾਂ ਦੇਖ ਸਕਦੇ ਹੋ, ਇਹ ਉਹ ਸਾਈਕਲ ਨੇ ਜਿਨ੍ਹਾਂ ਦੇ ਉੱਪਰ ਇਹ ਨੌਜਵਾਨ ਸਟੰਟ ਕਰਦੇ ਨੇ, ਅਤੇ ਅਕਸਰ ਹੁੰਦਾ ਹੈ ਕਿ ਮੋਟਰਸਾਈਕਲ ਗੱਡੀਆਂ ਦੇ ਹੀ ਸਟੰਟ ਆਪਾਂ ਦੇਖਦੇ ਹਾਂ, ਪਰ ਅੱਜ ਤੁਹਾਨੂੰ ਪਹਿਲੀ ਵਾਰ ਸਾਈਕਲਾਂ ਦੇ ਸਟੰਟ ਦਿਖਾਏ ਨੇ। ਤੁਸੀਂ ਤਸਵੀਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਨਾਲ ਨੌਜਵਾਨ ਨੇ ਜਿਹੜੇ ਸਾਈਕਲਾਂ ਦੇ ਉੱਪਰ ਸਟੰਟ ਕਰਦੇ ਨੇ। ਉਸ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਟੰਟਾਂ ਦੀ ਕਿਹਦੇ ਵਿੱਚ ਕਿ ਚਸਕਾ ਕਿੱਥੋਂ ਪਿਆ ਅਤੇ ਬਾਕੀ ਸੋਸ਼ਲ ਆਪਾਂ ਤੋਂ ਪਹਿਲਾਂ ਰਾਈਡਰ ਹੈਗੇ ਹੈਗੇ ਹੋਰ, ਕਿਉਂਕਿ ਹੋਰ ਕੋਈ ਰਾਈਡਿੰਗ ਕਰਦਾ ਭਾਜੀ ਆਪਾਂ ਸਟੰਟ ਹੀ ਕਰਦੇ ਹਾਂਗੇ, ਰਾਈਡਿੰਗ ਵੀ ਕਰਦੇ ਹੈਗੇ ਸਟੰਟ ਵੀ ਕਰਦੇ ਵਿੱਚ ਪਹਿਲਾਂ ਤੋਂ ਕੁਛ ਕੁ ਹੈਗੇ ਭਾਜੀ, ਬਾਕੀ ਤਾਂ ਮਤਲਬ ਬਾਈਕ ਵਗੈਰਾ 'ਤੇ ਕਰਦੇ ਆ।
ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸੁਖਪ੍ਰੀਤ ਸਿੰਘ ਭੰਗੂ ਜੀ। ਸੁਖਪ੍ਰੀਤ ਜੀ, ਕਿੱਦਾਂ ਲੱਗ ਰਿਹਾ? ਕਿੰਨੇ ਸਮੇਂ ਤੋਂ ਸਟੰਟ ਕਰ ਰਹੇ ਹੋ? ਕਿੰਨੇ ਸਾਈਕਲ ਹੁਣ ਤੱਕ ਤੋੜ ਚੁੱਕੇ ਹੋ? ਕਿੱਦਾਂ ਦਾ ਹੁਣ ਹੈਗੇ ਬੀਬੀ ਆਪਦੇ ਏਮ ਕੀ ਹੈ ਸਰ? ਮੈਂ ਜੀ ਲਗਭਗ 2 ਸਾਲ ਤੋਂ ਸਟੰਟ ਕਰਨ ਲੱਗਿਆ ਜੀ ਪ੍ਰੋਫੈਸ਼ਨਲੀ। ਵੈਸੇ ਪਹਿਲਾਂ ਤਾਂ ਖੇਡਣ ਚੌਜ ਯੂਜ ਕਰਦੇ ਹੁੰਦੇ ਸੀਗੇ, ਅਤੇ ਮਤਲਬ ਕਿ ਇੱਦੋਂ ਅੱਗੇ ਵਧੀਆ ਐਮ ਬਣਾਇਆ ਹੋਇਆ ਵੀ ਐਮ ਟੀ ਵੀ ਫ੍ਰੀ ਸਟਾਈਲ ਸਾਈਕਲ ਲੈ ਕੇ ਉਹਦੇ ਵਧੀਆ ਸਟੰਟ ਕਰਨੇ ਨੇਗੇ ਉੱਥੇ, ਕਿਉਂਕਿ ਬਹੁਤ ਤਰ੍ਹਾਂ ਦੇ ਸਟੰਟ ਹੋ ਜਾਂਦੇ ਨੇ ਇਹਨਾਂ 'ਤੇ, 2-4 ਸਟੰਟ ਹੁੰਦੇ ਨੇ ਮੇਨ। ਬਾਕੀ ਇਹ 'ਚ ਖਤਰਾ ਜ਼ਿਆਦਾ ਹੁੰਦਾ ਇਸ ਸਾਈਕਲ 'ਚ, ਉਹ 'ਚ ਮਤਲਬ ਫ੍ਰੀ ਸਟਾਈਲ ਹੁੰਦੀ ਹੈ, ਕਿਧਰ ਮਰਜ਼ੀ ਸਟੰਟ ਕਰ ਸਕਦੇ ਆਪਾਂ, ਅਤੇ ਉਹ ਸਾਈਕਲ ਲੈਣੀ ਆ ਉਹ ਏਮ ਆਪਣਾ ਉੱਥੇ ਸਟੰਟ ਕਰਨਾ। ਕਿੱਦਾਂ ਲੱਗ ਰਿਹਾ ਘਰਦਿਆਂ ਵੱਲੋਂ ਕਿਹਾ ਜਿਹਾ ਰਿਸਪੋਂਸ ਸੀ ਪਹਿਲਾਂ ਜਦੋਂ ਸ਼ੁਰੂ ਦੇ ਵਿੱਚ ਕੰਮ ਸ਼ੁਰੂ ਕੀਤਾ, ਹੁਣ ਕਿਹਾ ਜਿਹਾ ਰਿਸਪੋਂਸ? ਘਰਦਿਆਂ ਵੱਲੋਂ ਜੀ ਬਾਈ ਜੀ ਪਹਿਲਾਂ ਤਾਂ ਮਤਲਬ ਰਿਸਪੋਂਸ ਹੈ ਨਹੀਂ ਸੀ ਕੋਈ, ਘਰਦੇ ਕਹਿੰਦੇ ਸੀਗੇ ਵੀ ਕੀ ਕਰਦੇ ਹੋਏ ਸੀ ਪੁੱਠੇ ਕੰਮ, ਅਤੇ ਉਦੋਂ ਬਾਅਦ 'ਚ ਜਦੋਂ ਹੌਲੀ ਹੌਲੀ ਵੀਡੀਓ ਚੜ੍ਹਦੀਆਂ ਗਈਆਂ ਵਾਇਰਲ ਹੁੰਦੇ ਗਏ, ਉਦੋਂ ਬਾਅਦ 'ਚ ਘਰਦਿਆਂ ਨੇ ਕਿਹਾ ਵੀ ਹਾਂ ਹੁਣ ਕਰਨ ਲੱਗ ਜਾਓ, ਹੁਣ ਥੋੜ੍ਹੀ ਸਪੋਰਟ ਮਿਲਣ ਲੱਗੀ ਆ ਵਧੀਆ ਘਰਦਿਆਂ ਵੱਲੋਂ। ਅਕਸਰ ਲੋਕ ਪਿੰਡ ਦੇ ਵਿੱਚ ਘਰੇ ਜਾ ਕੇ ਕਹਿ ਦਿੰਦੇ ਨੇ ਵੀ ਇਹ ਕੀ ਕੰਮ ਪੈ ਗਿਆ ਮੁੰਡਾ, ਕੋਈ ਇਹੋ ਜਿਹੀ ਗੱਲਾਂ ਵੀ ਹੋਈਆਂ ਨੇ ਵੀ ਲੋਕਾਂ ਨੇ ਕਿਹਾ ਹੋ ਜਾਏ? ਹਾਂਜੀ, ਘਰਦਿਆਂ ਨੂੰ ਬਹੁਤ ਲੋਕ ਕਹਿੰਦੇ ਨੇ ਲਾਂਬੇ ਲੈ ਕੇ ਜਾਂਦੇ ਨੇ ਵੀ ਕਿਤੇ ਸਟੰਟ ਕਰਦੇ ਹੋਏ ਸੱਟ ਨਾ ਖਾ ਲਏ, ਵੀ ਇਹਨਾਂ ਨੂੰ ਬਾਅਦ 'ਚ ਵੀ ਆਈਲੈਟਸ ਕਰਾ ਕੇ ਬਾਹਰ ਭੇਜ ਦਿਓ ਅਤੇ ਕੰਮ ਧੰਦਾ ਲੱਗਣਗੇ ਕਿ ਪੈਸੇ ਕਮਾਉਣਗੇ ਵੀ ਪੁੱਠੇ ਕੰਮਾਂ 'ਚ ਕਿਉਂ ਪਏ ਨੇ, ਵੀ ਕਈ ਵਾਰੀ ਸੱਟ ਵੱਜ ਗਈ, ਵੱਡੀ ਸੱਟ ਵੱਜ ਗਈ, ਘਰੇ ਬਹਿ ਜਾਣਗੇ ਫਿਰ ਕੁਛ ਕਰ ਨਹੀਂ ਸਕਣਾ ਅੱਗੇ ਇਹਨਾਂ ਨੇ। ਦੋਨਾਂ ਦਾ ਕਿਵੇਂ ਆਈਡੀਆ ਆਇਆ ਦਿਮਾਗ 'ਚ ਵੀ ਦੋਨੇ ਇਕੱਠੇ ਸਟੰਟ ਕਰਦੇ ਆ? ਦੋਨਾਂ ਦਾ ਬਾਈ ਜੀ ਇੱਦਾਂ ਹੀ ਪਿੰਡ 'ਚ ਬਾਈ ਸੀਗਾ ਇਹ ਆਪਣਾ, ਮਤਲਬ ਕਿ ਚਾਚੇ ਦਾਇਆਂ ਦਾ ਮੁੰਡਾ ਹੀ ਆ, ਅਤੇ ਇੱਦਾਂ ਹੀ ਅਸੀਂ ਸਾਡਾ ਸੰਘ ਬਣ ਗਿਆ ਆਪਾਂ 'ਚ ਵੀਡੀਓ ਬਣਾਉਣ ਦਾ, ਕਿਉਂਕਿ ਸਪੋਰਟ ਮਿਲਦੀ ਰਹਿੰਦੀ ਹੈ, ਇੱਧਰੋਂ ਉੱਧਰੋਂ ਕੋਈ ਆਈਡੀਆ ਆਉਂਦੇ ਰਹਿੰਦੇ ਨੇ ਨਵੇਂ, ਇੱਦਾਂ ਕਰਨ ਲੱਗ ਗਏ ਬਾਈ ਜੀ। ਹੁਣ ਕੀ ਹੈ ਦਿਮਾਗ ਦੇ ਵਿੱਚ ਵੀ ਕਿੱਥੋਂ ਤੱਕ ਕਿਹੜੇ ਲੈਵਲ ਤੱਕ ਜਾਣਾ? ਦਿਮਾਗ 'ਚ ਬਾਈ ਹੁਣ ਇੱਦਾਂ ਗਾ ਵੀ ਕਿਵੇਂ ਐਮ ਟੀ ਵੀ ਸਾਈਕਲ ਲੈ ਕੇ ਨਵੀਂ ਉਹ 'ਚ ਮੋਡੀਫਿਕੇਸ਼ਨ ਕਰਕੇ ਨਵੇਂ ਨਵੇਂ ਸਟੰਟ ਸਿੱਖਣੇ ਨੇ, ਵੀ ਜਿਹੜੇ ਬਾਹਰਲੀਆਂ ਕੰਟਰੀਆਂ ਦੇ ਲੋਕ ਕਰਦੇ ਨੇ ਉਹ ਸਟੰਟ ਆਪਾਂ ਸਿੱਖੇ ਉਰੇ, ਮਤਲਬ ਕਿ ਉਹ ਕਰਨੇ ਨੇ। ਠੀਕ, ਸਾਈਕਲ ਕੱਢੂਗਾ ਟਾਇਰ? ਹਾਂਜੀ।